ਚੈਨਲ ਤੇ ਫਵੀਰਾ ਪੈਣਾ ਭਰਾਵਾਂ ਸਾਰੇ ਖੁਸ਼ ਆਮਦੀਦ ਕਰ ਦਿੰਦੇ ਆ ਜਿਹੜੇ ਅਸਤੀਨਾ ਮੋਤਾ ਕੁੰਜ ਰਹੀਆਂ ਮੈਂ ਲੜਨ ਵਾਸਤੇ ਨਹੀਂ ਕੁੰਜ ਰਿਹਾ ਵੈਸੇ ਹਵਾ ਚੱਲੀ ਸੀ ਤੇ ਬਾਅਦ ਉੱਤਾ ਕੀਤੇ ਜੇ ਹੋਰ ਸੁਣਾਓ ਕਿੱਦਾਂ ਸਾਰੇ ਵਧੀਆ ਅਲਹਮਦੁਲਿਲਾ ਅਸੀਂ ਬਿਲਕੁਲ ਠੀਕ ਹਾਂ ਤੇ ਤੁਹਾਡੇ ਵਾਸਤੇ ਦੁਆਵਾਂ ਕਰਦੇ ਹਾਂ ਆਹ ਜਿਹੜਾ ਵਿਹੜਾ ਹੈ ਮਾਸ਼ਾਅੱਲਾ ਆਪਣੇ ਕੋਲ ਅੱਜ ਮੈਂ ਤੈਨੂੰ ਇਸ ਦਾ ਵਿਜ਼ਿਟ ਕਰਾਉਣਾ ਵਿਹੜਾ ਤਾਂ ਦਿਖਾਉਣਾ ਤੇ ਬਲਕਿ ਮੈਂ ਤੈਨੂੰ ਇਹਦੇ ਦੰਦ ਵੀ ਪੁੱਟ ਕੇ ਦਿਖਾ ਦਿੰਦਾ ਹੈਗਾ ਤੇ ਇਨਸ਼ਾਅੱਲਾ ਵਿਹੜਾ ਜਿਹੜਾ ਮਾਸ਼ਾਅੱਲਾ ਬੜਾ ਤਕੜਾ ਔਰ ਸਿਹਤਮੰਦ ਹੈਗਾ ਤੇ ਪਹਿਲਾਂ ਤਾਂ ਇਹਨਾਂ ਨੇ ਥੋੜ੍ਹੀ ਜਿਹੀ ਖੁਰਾਕ ਸ਼ੇਅਰ ਕੀਤੀ ਹੈਗੀ ਆਪਾਂ ਇਸ ਨੂੰ ਹੁਣ ਸੇਲ ਕਰਨਾ ਕੁਰਬਾਨੀ 'ਤੇ ਅਗਰ ਕਿਸੇ ਵੀਰ ਭੈਣ ਭਰਾ ਨੂੰ ਚਾਹੀਦਾ ਹੋਵੇ ਕੁਰਬਾਨੀ ਵਾਸਤੇ ਤਾਂ ਸਾਡੇ ਨਾਲ ਰਾਬਤਾ ਕਰੇ ਅਤੇ ਮੈਂ ਇਸ ਦਾ ਤੁਹਾਨੂੰ ਦਿਖਾਉਣਾ ਜੀ ਵਿਹੜੇ ਦੀ ਖੁਰਾਕ ਵੀ ਅਤੇ ਇਸ ਦੇ ਸਾਰੀ ਗੱਲਬਾਤ ਵੀ ਤੁਹਾਨੂੰ ਦੱਸਦੇ ਹਾਂ ਇਹ ਦੇਖੋ ਜੀ ਛੇਰਾਂ ਪਾਈ ਖੜਾ ਜੇ ਅਤੇ ਐਲ ਦੰਦ ਜਿਹੜਾ ਹੈਗਾ ਐਲ ਬਿਲਕੁਲ ਹਿੱਲ ਰਿਹਾ ਇੱਕ ਦੋ ਦਿਨ ਦੇ ਵਿੱਚ ਗਿਰਾ ਜਾਏਗਾ ਮੈਂ ਇੱਥੇ ਦਿਖਾ ਦਿੰਦਾ ਇਹ ਹਿੱਲ ਰਿਹਾ ਹੈਗਾ ਐਲ ਪਹਿਲਾਂ ਇਹਨੇ ਇਹ ਦੰਦ ਡਿਗਾਉਣਾ ਐਲ ਅਤੇ ਬਾਅਦ ਵਿੱਚ ਇਹ ਡਿਗਾਏਗਾ ਕਿਉਂਕਿ ਇਹ ਹਿੱਲ ਰਿਹਾ ਇਹ ਦੇਖੋ ਇਹ ਉਂਗਲੀ ਨਾਲ ਹੀ ਹਿੱਲ ਰਿਹਾ ਜ਼ਰਾ ਇਹ ਦੇਖੋ ਅਲੱਗ ਕਰਕੇ ਦਿਖਾਓ ਹਿੱਲ ਰਿਹਾ ਅਤੇ ਦੁੰਦਾ ਤਿੰਨ ਇਨਸ਼ਾਅੱਲਾ ਹੋ ਜਾਣਾ ਅਜੇ ਕੁਰਬਾਨੀ 'ਚ ਦਿਨ ਰਹਿੰਦੇ ਵੀ ਹੈਗੇ ਅਤੇ ਬਾਕੀ ਮਾਸ਼ਾਅੱਲਾ ਕਦ ਸ਼ਾਦ ਵੀ ਵਿਹੜੇ ਕੋਲ ਚੰਗਾ ਸਾਈਵਾਲ ਚੁਲਿਸਤਾਨੀ ਦਾ ਕ੍ਰਾਸ ਹੈਗਾ ਅਤੇ ਦੇਖੋ ਜੀ ਇਹਦੇ ਉੱਤੇ ਨਕਸ਼ ਮੁਬਾਰਕ ਵੀ ਹੈਗਾ ਉਹ ਵੀ ਦਿਖਾਉਂਦੇ ਧੰਨ ਜੀ ਔਰ ਅਲਹਮਦੁਲਿਲਾ ਤੁਹਾਨੂੰ ਇਹਦਾ ਰੇਟ ਵੀ ਦੱਸਾਂਗੇ ਅਗਰ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਇਨਸ਼ਾਅੱਲਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੈ ਆਓ ਜੀ ਕੈਮਰਾ ਇਸ ਸਾਈਡ ਤੋਂ ਲੈ ਦੇਖੋ ਜੀ ਮਾਸ਼ਾਅੱਲਾ ਇਹਦੇ ਉੱਤੇ ਨਕਸ਼ ਮੁਬਾਰਕ ਜੀ ਉੱਤੇ ਨਾਮ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਮੁਹੰਮਦ ਲਿਖਿਆ ਜੀ ਅਤੇ ਅੱਲਾਹ ਪਾਕ ਨੇ ਐਸੀ ਜਗ੍ਹਾ 'ਤੇ ਲਿਖਿਆ ਕਿ ਅਗਰ ਵਿਹੜਾ ਬੈਠਾ ਵੀ ਹੋਵੇ ਤਾਂ ਬਿਲਕੁਲ ਉੱਚੀ ਜਗ੍ਹਾ 'ਤੇ ਹੁੰਦਾ ਅੱਲਾਹ ਪਾਕ ਨੇ ਨਾਮ ਮੁਬਾਰਕ ਦੀ ਬੜੀ ਯਾਨੀ ਕਿ ਹਿਫਾਜ਼ਤ ਫਰਮਾ ਇਹ ਦੇਖੋ ਮਾਸ਼ਾਅੱਲਾ ਇਹ ਕੰਬਲ ਦੇ ਉੱਤੇ ਲਿਖਿਆ ਹੋਇਆ ਜੀ ਜਿਹੜੇ ਚਾਲਰ ਹੁੰਦੀ ਹੈਗੀ ਬਿਲਕੁਲ ਵਾਜ਼ਿਆ ਲਿਖਿਆ ਜੀ ਉੱਤੇ ਮਾਸ਼ਾਅੱਲਾ ਅਤੇ ਮਾਸ਼ਾਅੱਲਾ ਜਾਲਰ ਜੁਲਰ ਦੇਖੋ ਵਿਹੜੇ ਦੀ ਸਹੀ ਤਗੜੀ ਜਾਲਰ ਇਹਦੇ ਦੇਖੋ ਹੱਥ 'ਚ ਨਹੀਂ ਆਉਂਦੀ ਜਾਲਰ ਪੂਰੀ ਇਹ ਦੇਖੋ ਜੀ ਹੁਣ ਵਾਜ਼ਿਆ ਦੇਖੋ ਜੀ ਨਾਮ ਅਗਰ ਕੰਬਲ ਛੋੜ ਦਿੱਤਾ ਜਾਵੇ ਜਾਲਰ ਨੂੰ ਤਾਂ ਫਿਰ ਇਕੱਠੀ ਹੋ ਜਾਂਦਾ ਹੈਗਾ ਅਤੇ ਉਹਨੂੰ ਤਾਂ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਲਿਖਿਆ ਜੀ ਅਤੇ ਅੱਲਾਹ ਪਾਕ ਦੇ ਕ੍ਰਿਸ਼ਮਾ ਹੈਗਾ ਅਤੇ ਅਗਰ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਜ਼ਰੂਰ ਰਾਬਤਾ ਕਰੇ ਆਪਾਂ ਇੰਨਾ ਰੇਟ ਵੀ ਦੱਸਾਂਗੇ ਥੋੜ੍ਹਾ ਜਿਹਾ ਖੁਰਾਕ ਵੀ ਤੁਹਾਨੂੰ ਦਿਖਾਉਂਦੇ ਹਾਂ ਜੀ ਇਹਦੀ ਖੁਰਾਕ ਕੀ ਹੈ ਲਾ ਦਿੱਤੀ ਹੈਗੀ ਵੰਡਾ ਅਤੇ ਆਪਾਂ ਹੁਣ ਇਹਨੂੰ ਪਾਣੀ ਪਿਲਾਉਣ ਲੱਗਿਆ ਆ ਜਾ ਇਹ ਜਿਹੜਾ ਹੈਗਾ ਇਹ ਸਰਸੋਂ ਦਾ ਤੇਲ ਹੈਗਾ ਅਤੇ ਵਿੱਚ ਦੁੱਧ ਹੈਗਾ ਉਹ ਇਸਨੂੰ ਰੋਜ਼ਾਨਾ ਇੰਨੀ ਆਪਾਂ ਦਿੰਦੇ ਹੁੰਦੇ ਹੈਗੇ ਜੀ ਇਹ ਦੇਖੋ ਜੀ ਬਿਲਕੁਲ ਮੁਨਾਸਿਬ ਜੀ ਗਿਜ਼ਾ ਹੈ ਜੀ ਜ਼ਿਆਦਾ ਕੋਈ ਨਹੀਂ ਹੈ ਕੋਈ ਪਹਿਲੇ ਪਾਣੀ ਪਿਲਾਈਦਾ ਹੁੰਦਾ ਅਤੇ ਬਾਅਦ 'ਚ ਇਹਨੂੰ ਤੇਲ ਦੇਈਦਾ ਹੁੰਦਾ ਕਿਉਂਕਿ ਤੇਲ ਦੇ ਕੇ ਤੂੰ ਪਾਣੀ ਪਿਲਾਈਏ ਤਾਂ ਫਿਰ ਉਹ ਖਰਾਬ ਹੋ ਜਾਂਦਾ ਕਿਉਂਕਿ ਛਾਤੀ 'ਤੇ ਜਾ ਕੇ ਜੰਮ ਜਾਂਦਾ ਹੈਗਾ ਜੀ ਮੈਦੇ 'ਤੇ ਅਤੇ ਆਪਾਂ ਹੁਣ ਇਸ ਨੂੰ ਦਿੰਦੇ ਹਾਂ ਪੀ ਗਿਆ ਅਤੇ ਹੁਣ ਇਹਨੂੰ ਆਪਾਂ ਬੰਨ ਦੇਣਾ ਜੀ ਸਵੇਰ ਤੱਕ ਯਾਨੀ ਕਿ ਫਿਰ ਇਹਨੂੰ ਸੁਬਹ ਪਿਆਸ ਲੱਗੀ ਹੁੰਦੀ ਫਿਰ ਫਸਟ ਟਾਈਮ 'ਤੇ ਪਾਣੀ ਪਿਲਾਈ ਜਾਂਦਾ ਅਤੇ ਇਹਨਾਂ ਨੇ ਇੰਨੀ ਡਿਮਾਂਡ ਵੀ ਦੱਸ ਦਿੰਦੇ ਜੀ ਆਪਾਂ ਇਸ ਦਾ ਮੁਨਾਸਿਬ ਜੀ ਡਿਮਾਂਡ ਕਰ ਰਹੇ ਹਾਂ ਯਾਨੀ ਕਿ ਅੱਲਾਹ ਦੇ ਨਾਂ ਕ੍ਰਿਸ਼ਮਾ ਜੀ ਇਸ ਉੱਤੇ ਦਾ ਨਾਮ ਹੈਗਾ ਜੀ ਮਾਸ਼ਾਅੱਲਾ ਹੁਣ ਵੀ ਦੇਖੋ ਵਾਜ਼ਿਆ ਨਜ਼ਰ ਆ ਰਿਹਾ ਹੈਗਾ ਅਤੇ ਅੱਜ ਤਾਂ ਮਾਸ਼ਾਅੱਲਾ ਵੈਸੇ ਅੱਲਾਹ ਪਾਕ ਦੀ ਬੜੀ ਰਹਿਮਤ ਹੋਈ ਹੈ ਬਾਰਿਸ਼ ਬੁਰਿਸ਼ ਬੜੀ ਹੋਈ ਹੈ ਜੀ ਅਤੇ ਆਪਾਂ ਇਸਦੀ ਤੁਹਾਨੂੰ ਜਿਹਨਾਂ ਰੇਟ ਸ਼ੇਟ ਵੀ ਦੱਸਦੇ ਜੀ ਮੁਨਾਸਿਬ ਜੀ ਕੀਮਤ ਹੈ ਜੀ ਆਪਾਂ ਇੰਨੇ ਵੱਡੇ ਤਰੱਕਾਂ ਮਾਰਨੀਆਂ ਕੋਈ
ਇਸ ਦੀ ਕੀਮਤ ਹੈ ਜੀ, ਡਿਮਾਂਡ ਅਸੀਂ ਕਰ ਰਹੇ ਹਾਂ ਜੀ ਪੂਰਾ 5 ਲੱਖ ਰੁਪਇਆ। ਤਾਂ ਅਗਰ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਜ਼ਰੂਰ ਇਨਸ਼ਾਅੱਲਾ ਰਾਬਤਾ ਕਰੇ ਸਾਡੇ ਨਾਲ। ਤਾਂ ਮਾਸ਼ਾਅੱਲਾ ਤੁਕਲਾ ਹੈ ਜੀ, ਮੈਂ ਦੇਖੋ ਜੀ ਜਿੱਦਾਂ ਮਾਖੀ ਦੀ ਛੱਲੀ ਹੁੰਦੀ ਹੈ, ਇੱਦਾਂ ਹੈ ਜੀ ਮਾਸ਼ਾਅੱਲਾ ਸੋਹਣਾ ਜੇ ਬਾਵਣਾ ਜੇ, ਸਿਹਤ ਦੇਖੋ ਮਾਸ਼ਾਅੱਲਾ। ਪੂਰਾ 5 ਲੱਖ ਰੁਪਏ ਅਸੀਂ ਡਿਮਾਂਡ ਕਰ ਰਹੇ ਹਾਂ ਜੀ ਆਪਾਂ। ਅਗਰ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਕਮੈਂਟ 'ਚ ਰਾਬਤਾ ਕਰੇ। ਸਾਡਾ ਵਟਸਐਪ ਨੰਬਰ ਲੈ ਲਓ, ਨੰਬਰ ਸਾਡਾ ਵਟਸਐਪ ਲੈ ਲਓ 0346-9262-086, 0346-9262-086। ਸਿਲਾ ਵਾਲੀ ਲੋਕੇਸ਼ਨ ਸਰਗੋਦੇ ਦੇ ਨਾਲ, ਤਹਿਸੀਲ ਸਿਲਾ ਵਾਲੀ ਦੀ ਲੋਕੇਸ਼ਨ 'ਚ ਖੜਾ ਹੈਗਾ। ਅਗਰ ਕਿਸੇ ਵੀਰ ਨੂੰ ਚਾਹੀਦਾ ਹੋਵੇ ਤਾਂ ਸਾਡੇ ਨਾਲ ਜ਼ਰੂਰ ਰਾਬਤਾ ਕਰੇ, ਵਟਸਐਪ ਨੰਬਰ 'ਤੇ ਰਾਬਤਾ ਕਰੇ। 5 ਲੱਖ ਰੁਪਏ ਡਿਮਾਂਡ ਹੈ, ਆਪਾਂ 10 ਨਹੀਂ ਕੀਤੀ, 7 ਨਹੀਂ ਕੀਤੀ, 15 ਨਹੀਂ ਕੀਤੀ। ਲੋਕਾਂ ਦੇ ਆਉਂਦੇ ਨੇ ਇੱਦਾਂ ਦੇ ਕ੍ਰਿਸ਼ਮੇ ਵਾਲੇ ਚੀਜ਼ਾਂ, ਜੇ ਉਹਨੂੰ ਤਾਂ ਲੋਕ ਪਤਾ ਨਹੀਂ ਕਿੰਨੀਆਂ ਕਿੰਨੀਆਂ ਡਿਮਾਂਡਾਂ ਕਰੇ। ਆਪਾਂ ਗਰੀਬ ਜਿਹਾ ਬੰਦੇ ਹਾਂ ਜੀ, ਆਪਣੀ ਔਕਾਤ ਨੂੰ ਵੇਖ ਕੇ ਆਪਾਂ ਡਿਮਾਂਡ ਕਰ ਰਹੇ ਹਾਂ ਜੀ। 5 ਲੱਖ ਰੁਪਏ ਡਿਮਾਂਡ ਹੈ ਜੀ ਸਾਡੀ, ਅਸਾਂ ਬੱਚਿਆਂ ਦੀ ਤਰ੍ਹਾਂ ਪਾਲਿਆ, ਮਿਹਨਤ ਕੀਤੀ ਹੈ ਜੀ। ਅਗਰ ਕਿਸੇ ਵੀਰ ਨੂੰ ਚਾਹੀਦਾ ਹੋਵੇ, ਕਿਸੇ ਭੈਣ ਨੂੰ ਚਾਹੀਦਾ ਹੋਵੇ, ਸਾਡੀ ਸਿਸਟਰ ਕਿਸੇ ਨੂੰ ਪਾਸਗਾ, ਸਾਡੀ ਸਿਸਟਰਾਂ ਵੀ ਜਾਂਦੀਆਂ ਨੇ ਮਾਸ਼ਾਅੱਲਾ ਬੜੀਆਂ ਮੁੰਡੀਆਂ ਜਾ ਕੇ ਬੈੜੇ ਲੈ ਕੇ ਆਉਂਦੀਆਂ ਜੀ। ਅਗਰ ਕਿਸੇ ਨੂੰ ਚਾਹੀਦਾ ਹੋਵੇ ਤਾਂ ਜ਼ਰੂਰ ਰਾਬਤਾ ਕਰੇ ਸਾਡੇ ਨਾਲ, ਇਨਸ਼ਾਅੱਲਾ ਜਿਹੜੀ ਮੁਹੱਬਤ ਹੋਵੇਗੀ ਥੋੜ੍ਹੀ ਬਹੁਤ ਕੰਮ ਬੇਸ਼ੀ ਅਸੀਂ ਕਰਾਂਗੇ। ਕੋਈ ਕਿਰਾਇਆ ਕਿਰੂਆ ਤੁਹਾਨੂੰ ਛੱਡ ਵੀ ਦੇਵਾਂਗੇ, ਇਹ ਵੀ ਨਾਲ ਕਰਦੇ, 5 ਦੇ ਵਿੱਚੋਂ ਕਿਰਾਇਆ ਛੱਡ ਦੇਵਾਂਗੇ। ਅਗਰ ਕਿਸੇ ਨੂੰ ਚਾਹੀਦਾ ਹੋਵੇ ਤਾਂ ਜ਼ਰੂਰ ਰਾਬਤਾ ਕਰੇ ਸਾਡੇ ਚੈਨਲ ਨੂੰ, ਲਾਈਕ ਸ਼ੇਅਰ ਔਰ ਸਬਸਕ੍ਰਾਈਬ ਕਰਨਾ। ਅਗਰ ਤੁਹਾਡੀ ਮੁਹੱਬਤ ਔਰ ਪਿਆਰ ਹੈ ਜੀ ਇਸ ਵੀਡੀਓ ਨੂੰ, ਜ਼ਰੂਰ ਅੱਗੇ ਤੋਂ ਅੱਗੇ ਸ਼ੇਅਰ ਕਰਨਾ। ਚਲੋ ਅੱਲਾਹ ਦਾ ਕ੍ਰਿਸ਼ਮਾ ਹੈਗਾ ਜੀ, ਇਹ ਲੋਕ ਦੇਖਣਗੇ ਅਤੇ ਮਾਸ਼ਾਅੱਲਾ ਅੱਲਾਹ ਦੀ ਸ਼ਾਨ ਜਿਹੜੀ ਹੈ ਬੜੀ ਨਿਰਾਲੀ ਹੈ ਜੀ। ਅੱਲਾਹ ਪਾਕ ਨੇ ਕਿਸ ਜਗ੍ਹਾ 'ਤੇ ਲਿਖਿਆ ਜੀ ਇਸਦਾ ਮੁਹੰਮਦ। ਅਗਲੀ ਵੀਡੀਓ ਨਾਲ ਤੁਹਾਡੇ ਨਾਲ ਹਾਜ਼ਰ ਹੋਵਾਂਗੇ। ਆਪਣਾ ਖਿਆਲ ਰੱਖੋ, ਆਪਣੇ ਬੱਚਿਆਂ ਦਾ ਖਿਆਲ ਰੱਖੋ। ਇਸ ਨੰਬਰ ਵਟਸਐਪ 0346